ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਗੁਰਮੀਤ ਨਿੱਜਰ। ਫੌਕਸ ਪੰਜਾਬੀ ਦੀ ਟੀਮ ਪਹੁੰਚ ਚੁੱਕੀ ਹੈ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਗੁੱਜਰ ਖਾਨ ਕੈਂਪਸ ਲੁਧਿਆਣਾ ਵਿਖੇ, ਜਿੱਥੇ ਪਹੁੰਚ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ। ਪਿਛਲੇ ਦਿਨੀ ਫਰੀਦਕੋਟ ਵਿਖੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਗਈ ਰੈਲੀ ਅਤੇ ਕਈ ਹੋਰ ਪੰਥਕ ਮੁੱਦਿਆਂ 'ਤੇ ਗੱਲ ਕਰਦਿਆਂ ਉਹਨਾਂ ਨਾਲ ਜਾਣਦਿਆਂ ਕੀ ਕਹਿਣਾ ਹੈ ਪਰਮਜੀਤ ਸਿੰਘ ਸਰਨਾ ਦਾ, ਪਹਿਲਾਂ ਵੇਖਦਿਆਂ ਇੱਕ ਝਲਕ। ਮੈਂ ਇਹ ਪੁੱਛਣਾ ਚਾਹੁੰਦਾ ਬਾਦਲ ਸਾਹਿਬ ਨੂੰ, ਵੀ ਤੁਸੀਂ ਇਹ ਦੱਸੋ 40 ਸਾਲਾਂ ਦੇ ਵਿੱਚ ਤੁਸੀਂ 40 ਸਾਲ ਮਤਵਾਤਰ ਸਰਵੇ ਸਰਵਾ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਹੋ, ਹਰ ਚੀਜ਼ ਤੁਹਾਡੇ ਕੰਟਰੋਲ ਵਿੱਚ ਸੀ, ਤੁਹਾਡੀ ਕੌਮ ਪ੍ਰਤੀ ਕੀ ਪ੍ਰਾਪਤੀ ਹੈ? ਸਮੁੱਚੀ ਲੀਡਰਸ਼ਿਪ ਜੂਨ ਦੇ ਹਫ਼ਤੇ ਦੇ ਵਿੱਚ ਅੰਮ੍ਰਿਤਸਰ ਸੀ ਸਵਾਏ ਤੁਹਾਡੇ, ਔਰ ਮੈਂ ਇਹਦੇ 'ਚ ਲਿਖਿਆ ਜਿਸ ਦਿਨ ਅਟੈਕ ਹੋਇਆ ਉਸ ਦਿਨ ਕਿਸੇ ਦੇ ਵਿਆਹ ਦੇ ਉੱਤੇ ਤੁਸੀਂ ਮੱਛੀ ਦੇ ਪਕੌੜੇ ਦੇ ਚਿਕਨ ਦੇ ਪਕੌੜੇ ਛੱਕ ਰਹੇ ਸਾਹਿਬ। ਇਹ ਅਕਾਲੀ ਦਲ ਹੈ, ਇਹਦੇ ਪਿਓ ਦੀ ਜਾਗੀਰ ਨਹੀਂ ਹੈ, ਅਤੇ ਜਿਹੜੇ ਗੁਰੂ ਦੇ ਨਾਂ ਦੇ ਉੱਤੇ ਰਾਜ ਕਰ ਰਹੇ ਹੋਣ ਉਹਨਾਂ ਦੇ ਰਾਜ ਵਿੱਚ ਬੇਦਬੀ ਹੋ ਜਾਏ 162 ਵਾਰ ਕਿ ਉਹ ਰਾਜ ਕਰਨ ਦੇ ਕਾਬਲ ਹਨ। ਜਿਹੜੇ ਗੁਰੂ ਦੀ ਬੇਦਬੀ ਨਹੀਂ ਰੋਕ ਸਕੇ, ਜਿਹੜੇ ਗੁਰੂ ਦੀ ਹੋਈ ਬੇਦਬੀ ਨੂੰ ਸਜਾਵਾਂ ਨਹੀਂ ਦਵਾ ਸਕੇ, ਉਹਨਾਂ ਦਾ ਗੁਰਦੁਆਰਾ ਚੋਣਾਂ ਲੜਨ ਦਾ ਕੀ ਹੱਕ ਰਹਿ ਗਿਆ? ਮੈਨੂੰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪੰਥਕ ਕਮੇਟੀ ਇੱਕ ਚਿੱਠੀ ਦੱਸ ਦੇਵੇ ਜਿਹਦੇ 'ਚ ਇਹਨਾਂ ਨੇ ਇਹ ਕਿਹਾ ਹੋਵੇ ਵੀ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੇ ਲਈ ਅਸੀਂ ਸਾਡੀ ਸਰਕਾਰ ਨੂੰ ਅਸੀਂ ਕਹਿ ਰਹੇ ਹਾਂ ਵੀ ਇਹ ਗੱਲਬਾਤ ਕਰੋ। ਔਰ ਜਿਸ ਤਰ੍ਹਾਂ ਬਾਦਲ ਨਿਫਤੋ ਨਬੂਦ ਹੋਇਆ ਸੀ ਪੰਜਾਬ 'ਚੋਂ, ਇਸ ਤਰ੍ਹਾਂ ਬੀਜੇਪੀ ਨਿਫਤੋ ਨਬੂਦ ਹੋਏਗੀ ਜੇ ਸਿੱਖਾਂ ਦੀ ਇਸ ਮੰਗ ਨੂੰ ਨਾ ਮੰਨਿਆ ਗਿਆ। ਹਿੰਦੁਸਤਾਨ 'ਚ ਉਹੀ ਪਾਰਟੀ ਰਾਜ ਕਰੇਗੀ ਜਿਹੜੇ ਸਿੱਖਾਂ ਨੂੰ ਖੁਸ਼ ਰੱਖੇਗੀ। ਆ ਜਿਹੜੇ ਇਹਦੇ ਵਿੱਚ ਮੁੱਦੇ ਲਿਖੇ ਹੋਏ ਨੇ ਉਹਦੇ 'ਚ ਸਭ ਤੋਂ ਵੱਡਾ ਮੁੱਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਹੈ, ਅਤੇ ਬੇਅਦਬੀ ਦੇ ਬਾਰੇ ਅਸੈਂਬਲੀ ਦੇ ਵਿੱਚ ਵੀ ਬੜੀ ਚਰਚਾ ਹੋਈ ਪੰਜਾਬ ਦੀ। ਉਹਦੇ ਵਿੱਚ ਅਸੈਂਬਲੀ ਜਿਸ ਤਰ੍ਹਾਂ ਲੱਗਦਾ ਸੀ ਵੀ ਜਿਹੜਾ ਅਕਾਲੀ ਦਲ ਹੈ ਜਿਹੜੀ ਪੰਥਕ ਜਮਾਤ ਘੁਮਾਉਂਦੀ ਹੈ ਉਹ ਤਾਂ ਵਾਕਆਊਟ ਕਰ ਗਈ, ਅਤੇ ਜਿਹੜੀ ਕਾਂਗਰਸ ਦੀ ਸੱਤਾਧਾਰੀ ਧਿਰ ਸੀ ਇਹ ਲੱਗ ਰਿਹਾ ਸੀ ਵੀ ਉਹ ਅਕਾਲੀ ਦਲ ਦੀ ਜਮਾਤ ਬਣ ਗਈ ਹੈ। ਅਤੇ ਹੁਣ ਜਿਹੜੀਆਂ ਉਸ ਤੋਂ ਬਾਅਦ, ਕਿਉਂਕਿ ਉਹਦੇ ਵਿੱਚ ਜੋਰਾ ਸਿੰਘ ਕਮਿਸ਼ਨ ਦੀ ਵੀ ਗੱਲ ਆਈ, ਉਹਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਵੀ ਗੱਲ ਆਈ, ਉਹ ਤੋਂ ਬਾਅਦ ਅਕਾਲੀ ਦਲ ਜਿਹੜਾ ਅਕਾਲੀ ਦਲ ਬਾਦਲ, ਕਿਉਂਕਿ ਅਕਾਲੀ ਦਲ ਤਾਂ ਕਾਫੀ ਨੇ, ਅਕਾਲੀ ਦਲ ਬਾਦਲ ਜਿਹਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਹਾਂਜੀ ਬਾਦਲ ਦਲ ਜਿਹੜਾ ਉਹ ਇਸ ਵਕਤ ਬਾਦਲ ਦਲ ਇਹ ਜਿਹੜਾ ਮਤਲਬ ਉਸ ਇਸ਼ੂ ਨੂੰ ਛੱਡ ਕੇ ਕਾਂਗਰਸ ਦੇ ਲਾਂਭੇ ਦੁਆਲੇ ਹੋਇਆ ਹੋਇਆ ਵੀ ਕਾਂਗਰਸ ਜਿਹੜੀ ਹੈ ਇਹ ਜਾਂ ਜਿਹੜਾ ਝੂਠੇ ਮਤਲਬ ਜਿਹੜਾ ਸਾਨੂੰ ਫਸਾਉਣਾ ਚਾਹੁੰਦੀ ਹੈ, ਅਤੇ ਉਹਦੇ ਸੰਬੰਧ 'ਚ ਪੋਲ ਖੋਲ ਰੈਲੀਆਂ ਨੇ ਰੱਖੀਆਂ ਨੇ, ਉਹਦੇ ਬਾਰੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਹਾਂ। ਦੇਖੋ ਗੱਲ ਹੈਗੀ ਜੀ ਕਿ ਮੈਂ ਵੈਸੇ ਪਿਛਲੇ ਕਾਫੀ ਸਾਲਾਂ ਤੋਂ ਇੰਨੀਆਂ ਇੰਨੀਆਂ ਸਪੀਚਾਂ ਸੁਣਦਾ ਨਹੀਂ ਹਾਂ, ਕਿਉਂਕਿ ਜੋ ਇਹਨਾਂ ਬੋਲਣਾ ਹੁੰਦਾ ਮੈਨੂੰ ਪਤਾ ਹੁੰਦਾ ਵੀ ਕੀ ਬੋਲਣਾ, ਪਰ ਐਤਵਾਰ ਵਾਲੇ ਦਿਨ ਮੈਂ ਬਾਦਲ ਦੀ ਸਪੀਚ ਸੁਣੀ ਹੈ ਵੀ ਇਹ ਕੀ ਕਹਿੰਦਾ ਹੈ। ਬਾਦਲ ਨੇ 1920 ਦਾ ਇਤਿਹਾਸ ਸ਼ੁਰੂ ਕੀਤਾ ਵੀ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਹਾਂਜੀ ਗੁਰਦੁਆਰੇ ਆਜ਼ਾਦ ਕਰਾਏ, ਮਹੰਤਾਂ ਕੋਲੋਂ ਕਰਾਏ, ਅੰਗਰੇਜ਼ਾਂ ਕੋਲੋਂ ਕਰਾਏ, ਫਿਰ 47 ਦੇ ਵਿੱਚ ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ, 5 ਲੱਖ ਸਿੱਖ ਮਾਰੇ ਗਏ, ਸ਼ਹੀਦ ਹੋ ਗਏ, ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ, ਫਿਰ ਉਹ ਆਪਣਾ ਪੰਜਾਬੀ ਸੂਬੇ ਮੋਰਚੇ 'ਤੇ ਆਏ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬਾਦਲ ਸਾਹਿਬ ਨੇ 90 ਸਾਲ ਦਾ ਇਤਿਹਾਸ ਤਾਂ ਦੱਸਤਾ, ਅਕਾਲੀ ਲਹਿਰ ਚਲਾ ਕੇ, ਸਿੰਘ ਸਭਾ ਲਹਿਰ ਚਲਾ ਕੇ, ਜਿਹੜੀ ਅਕਾਲੀ ਲੀਡਰਸ਼ਿਪ ਦੀ ਆ ਉਹਨਾਂ ਦੀਆਂ ਕੁਰਬਾਨੀਆਂ ਦੱਸ ਕੇ। ਮੈਂ ਇਹ ਪੁੱਛਣਾ ਚਾਹੁੰਦਾ ਬਾਦਲ ਸਾਹਿਬ ਨੂੰ ਵੀ ਤੁਸੀਂ ਇਹ ਦੱਸੋ 40 ਸਾਲਾਂ ਦੇ ਵਿੱਚ ਤੁਸੀਂ 40 ਸਾਲ ਮਤਵਾਤਰ ਸਰਵੇ ਸਰਵਾ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਹੋ, ਹਰ ਚੀਜ਼ ਤੁਹਾਡੇ ਕੰਟਰੋਲ ਵਿੱਚ ਸੀ, ਤੁਹਾਡੀ ਕੌਮ ਪ੍ਰਤੀ ਕੀ ਪ੍ਰਾਪਤੀ ਹੈਗੀ? ਤੁਸੀਂ ਕੌਮ ਨੂੰ ਕੀ ਲੈ ਕੇ ਦਿੱਤਾ? ਮੈਨੇ ਦੱਸੋ, ਅੱਜ ਤੁਸੀਂ ਇਹ ਲੈ ਕੇ ਦਿੱਤਾ ਕਿ ਸਾਰੀ ਕੌਮ ਨਸ਼ੇੜੀ ਹੋ ਗਈ, ਹੈਂਜੀ ਅੱਜ ਪਤਤਪੁਣਾ ਚਰਮ ਸੀਮਾ 'ਤੇ ਵੇ, ਅੱਜ ਤੁਹਾਨੂੰ ਨਜ਼ਰ ਨਹੀਂ ਆ ਰਿਹਾ। ਸਾਡੇ ਕੋਲ ਜਿਹੜੀ ਰਿਪੋਰਟ ਹੈਗੀ ਕਿ ਇਸ ਸਾਲ 26,000 ਕਰੋੜ ਰੁਪਏ ਦੇ ਜਿਹੜੇ ਕੈਨੇਡਾ ਦੇ ਵਿੱਚ ਲੋਕ ਪੜ੍ਹਨ ਚਲੇ ਗਏ ਨੇ, ਇਹਦਾ ਮਤਲਬ ਆਉਣ ਵਾਲੇ ਵਕਤ ਦੇ ਵਿੱਚ ਇਹ 26,000 ਕਰੋੜ ਰੁਪਇਆ ਜ਼ਮੀਨਾਂ ਵੇਚ ਕੇ ਗਏ ਹੋਣਗੇ, ਉਹ ਪੈਸੇ ਇਕੱਠੇ ਕਰਕੇ ਗਏ ਹੋਣਗੇ। ਮਤਲਬ ਜਿਹੜਾ ਪੰਜਾਬ ਦਾ ਅਸਲ ਧੁਰਾ ਹੈ
ਕਿਸਾਨ ਉਹ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਇੱਥੇ ਸੁਰੱਖਿਅਤ ਨਾ ਸਮਝਦੇ ਹੋਏ ਸਾਰੇ ਕੈਨੇਡਾ ਜਾ ਰਹੇ ਨੇ, ਨਿਊਜ਼ੀਲੈਂਡ ਜਾ ਰਹੇ, ਆਸਟ੍ਰੇਲੀਆ ਜਾ ਰਹੇ ਨੇ, ਤੁਹਾਡੇ ਕਦੀ ਇਸ ਬਾਰੇ ਕੋਈ ਸੋਚ ਹੋਈ ਹੈ? ਤੁਸੀਂ ਇਹ ਦੱਸੋ ਵੀ ਤੁਸੀਂ ਜੇ ਉੱਥੇ ਬੋਲੇ ਹੋ, ਤੁਸੀਂ ਆਪਣੇ ਸਾਰੀਆਂ ਸਪੀਚਾਂ ਨੂੰ ਤੁਸੀਂ ਸੁਣ ਲਵੋ, ਉਸ ਤੋਂ ਬਾਅਦ 'ਚ ਜਿਹੜੀ ਪਹਿਲੇ ਤੁਹਾਡੇ ਤੋਂ ਪਹਿਲੇ 20-25 ਸਾਲ ਪਹਿਲੇ ਅਕਾਲੀ ਲੀਡਰਸ਼ਿਪ ਹੁੰਦੀ ਸੀ ਉਹਨਾਂ ਦੀਆਂ ਸਪੀਚਾਂ ਸੁਣ ਲਓ। ਕਦੀ ਇਤਨਾ ਗੰਦ ਕਦੀ ਵੇਖਿਆ ਅਕਾਲੀ ਲੀਡਰਸ਼ਿਪ ਨੇ ਬੋਲਦਿਆਂ ਹੋਇਆ ਕਿਸੇ ਦੇ ਖਿਲਾਫ? ਤੁਹਾਡਾ ਕੀ ਹੈਗਾ ਸੀ? ਤੁਸੀਂ ਸਿੱਧੂ ਦੇ ਮਗਰ ਲੱਗ ਗਏ, ਫਲਾਣੇ ਦੇ ਲੱਗ ਗਏ, ਢੀਆਂ ਦੇ ਲੱਗ ਗਏ। ਮੈਨੂੰ ਇਹ ਆਪਣੀ ਇੱਕ ਪ੍ਰਾਪਤੀ ਦੱਸ ਦੇਣ, ਇੱਕ। ਇਹਨਾਂ ਨੇ ਸਿੱਖਾਂ ਦਾ ਮਾਣ ਸਤਿਕਾਰ ਵਧਾਇਆ, ਸ਼੍ਰੋਮਣੀ ਕਮੇਟੀ 'ਚ ਬੜੀ ਵਧੀਆ ਗੱਲ ਕਰ ਦਿੱਤੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅੱਜ ਬਾਅਦ 'ਚ ਬੋਲਦੇ ਪੈਣ ਬਈ ਉਹਦਾ ਨਾਂ ਕੀ ਹੈ, ਬਈ ਮੈਂ ਤਾਂ ਬੜਾ ਮਨਾ ਕੀਤਾ ਸੀ ਪਰ ਨਹੀਂ ਮੰਨਿਆ। ਪਰ ਉਸ ਵਕਤ ਦੇ ਜਾਤੀ ਲੋਭ ਲਾਲਚ ਕਰਕੇ ਸਿਰ ਨਵਾਉਂਦੇ ਰਹੇ ਨੇ। ਮਤਲਬ ਕਿ ਦੱਸੋ, ਪ੍ਰਾਪਤੀ ਦੱਸ ਦਿਓ ਇੱਕ। ਜੇ ਤੁਸੀਂ ਮੋਰਚੇ ਲਾਏ, ਅਨੰਦਪੁਰ ਦਾ ਮਤਾ ਲਾਇਆ, ਤੁਸੀਂ ਤਦ ਲਾਏ ਮੋਰਚੇ ਜਦ ਤੁਹਾਡੇ ਕੋਲ ਹੱਥੋਂ ਪੰਜਾਬ ਦੀ ਪਾਵਰ ਜਿਹੜੀ ਸੀ ਨਾ ਖਿਸਕ ਗਈ ਸੀ। ਫਿਰ ਤੁਸੀਂ ਦੁਬਾਰਾ ਸਿੱਖਾਂ ਦੀਆਂ ਪੰਥ ਦੀਆਂ ਵੋਟਾਂ ਕਹਿ ਕੇ ਰਗਲਾ ਕੇ ਮੋਰਚੇ ਲਾਏ। ਤੁਸੀਂ ਦੱਸੋ, 78 ਦੇ ਵਿੱਚ ਤੁਹਾਡੇ ਕੋਲ ਪਾਵਰ ਗਈ, ਅਨੰਦਪੁਰ ਦਾ ਮੋਰਚਾ ਲਾਇਆ, ਤੁਸੀਂ ਉਹਦੀ ਕਿਹੜੀ ਪ੍ਰਾਪਤੀ ਕੀਤੀ ਹੈ ਦੱਸੋ? ਤੁਸੀਂ ਜ਼ਿਕਰ ਕੀਤਾ 1984 ਦਾ, 1982 ਦਾ। ਮੈਂ ਪੁੱਛਣਾ ਚਾਹੁੰਦਾ ਹਾਂ ਵੀ 1982 ਤੋਂ ਲੈ ਕੇ ਅਖੀਰ ਤੱਕ, ਜਦ ਤੱਕ ਅੰਤ ਤੱਕ ਦਾ ਜ਼ੋਰ ਰਿਹਾ, ਤੁਹਾਡਾ ਰੋਲ ਕੀ ਰਿਹਾ ਹੈ? ਮੇਰੇ ਕੋਲ ਪੁੱਛੋ। ਸਮੁੱਚੀ ਲੀਡਰਸ਼ਿਪ ਜੂਨ ਦੇ ਹਫ਼ਤੇ ਦੇ ਵਿੱਚ ਅੰਮ੍ਰਿਤਸਰ ਸੀ, ਸਵਾਏ ਤੁਹਾਡੇ। ਔਰ ਮੈਂ ਇਹਦੇ 'ਚ ਲਿਖਿਆ, ਜਿਸ ਦਿਨ ਅਟੈਕ ਹੋਇਆ ਉਸ ਦਿਨ ਕਿਸੇ ਦੇ ਵਿਆਹ ਦੇ ਉੱਤੇ ਤੁਸੀਂ ਮੱਛੀ ਦੇ ਪਕੌੜੇ ਦੇ, ਚਿਕਨ ਦੇ ਪਕੌੜੇ ਛੱਕ ਰਹੇ ਸਾਹ। ਤੁਸੀਂ ਚੰਡੀਗੜ੍ਹ ਗਏ, ਚੰਡੀਗੜ੍ਹ ਜਾ ਕੇ ਤੁਸੀਂ ਬਿਆਨ ਦੇਤਾ, ਫੌਜੀਆਂ ਨੂੰ ਕਹਿਤਾ ਵੀ ਸਾਰੇ ਬਾਗੀ ਹੋ ਜਾਓ। ਅੱਜ ਉਹਨਾਂ ਬਾਗੀਆਂ ਦੀ ਕਿਸੇ ਨੇ ਸੁਰਤ ਲਈ ਹੈ? ਉਸ ਤੋਂ ਬਾਅਦ ਤੁਹਾਡੀ ਸਰਕਾਰ 15 ਸਾਲ ਰਾਜ ਕੀਤਾ ਹੈ, 3 ਸਾਲ ਬਰਨਾਲੇ ਦੀ ਸਰਕਾਰ ਨੇ ਰਾਜ ਕੀਤਾ ਹੈ। ਮੈਨੂੰ ਦੱਸੋ, ਤੁਸੀਂ ਕਿੰਨੇ ਫੌਜੀਆਂ ਨੂੰ ਕੰਮ ਦਿੱਤਾ, ਕਿੰਨਿਆਂ ਨੂੰ ਸੈਟਿਸਫਾਈ ਕੀਤਾ? ਸੈਟਿਸਫਾਈ ਨਹੀਂ ਕੀਤਾ। ਤੁਸੀਂ 1984 ਤੋਂ ਬਾਅਦ 6, 4, 10, 3 ਸਾਲ ਹਿੰਦੁਸਤਾਨ ਦੀ ਸਰਕਾਰ 'ਤੇ ਰਾਜ ਕੀਤਾ ਹੈ। ਉਹ ਤੁਹਾਡੇ ਸਾਰੇ ਪਰਮ ਮਿੱਤਰ ਸਨ, ਉਹਨਾਂ ਕੋਲੋਂ ਫੌਜੀਆਂ ਨੂੰ ਤੁਸੀਂ ਮਾਫ਼ੀ ਕਿਉਂ ਨਹੀਂ ਦਿਵਾਈ? ਕਿਉਂ ਨਹੀਂ ਉਹਨਾਂ ਨੂੰ ਬਹਾਲ ਕਰਾਇਆ? ਤੁਸੀਂ ਅੱਜ ਜ਼ਿਕਰ ਕਰਦੇ ਹੋ, ਤੁਹਾਡੇ ਨੂੰ ਕਹਿੰਦੀ ਹੈ ਝੂਠ ਬੋਲਦਾ ਹੈ ਸਿੱਧੂ। ਅੱਛਾ ਜੀ, ਝੂਠ ਬੋਲਦਾ ਹੈ। ਜਦ ਤੁਸੀਂ ਵਾਜਪਾਈ ਦੇ ਨਾਲ ਲਾਹੌਰ ਗਏ ਸਾਹ, ਕਰਤਾਰਪੁਰ ਦਾ ਮਸਲਾ ਸੀ ਕਿ ਨਹੀਂ ਸੀ? ਸੀ। ਤੁਸੀਂ ਭੇਡੂ ਲੈ ਕੇ ਆ ਗਏ, ਤੁਸੀਂ ਕਰਤਾਰਪੁਰ ਦਾ ਮਸਲਾ ਕਿਉਂ ਨਹੀਂ ਉੱਥੇ ਉਹਦੇ ਨਾਲ ਗੱਲਬਾਤ ਕੀਤੀ? ਸਾਡੇ ਵਰਗੀ ਇੱਕ ਛੋਟੀ ਪਾਰਟੀ ਜਿਹੜੀ ਹੈ, ਉਹ 2000 ਤੋਂ ਅਸੀਂ ਲੱਗੇ ਹੋਏ ਹਾਂ ਵੀ ਕਰਤਾਰਪੁਰ ਦਾ ਰਸਤਾ ਖੁੱਲ੍ਹਣਾ ਚਾਹੀਦਾ। ਅਸੀਂ ਪਹਿਲੇ ਕਰਤਾਰਪੁਰ ਦਾ ਗੁਰਦੁਆਰਾ ਖਲਾਇਆ, ਸੜਕ ਬਣਵਾਈ, ਹਾਂਜੀ, ਔਰ ਇਹ ਸੜਕ ਬਣਾਉਣ ਵਿੱਚ ਚੌਧਰੀ ਪਰਵੇਜ਼ ਲਾਈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਦੋਸਤੀ ਸਾਡੇ ਕੰਮ ਆਈ। ਤੁਸੀਂ ਦੱਸੋ, ਤੁਸੀਂ ਕਿਹੜੇ ਪਾਕਿਸਤਾਨ ਦੇ ਗੁਰਦੁਆਰੇ ਜਿਹੜੇ ਨੇ ਉਹ ਆਜ਼ਾਦ ਕਰਾਏ ਨੇ, ਕਿਹੜੇ ਗੁਰਦੁਆਰੇ ਠੀਕ ਕਰਾਏ ਨੇ? ਕੋਈ ਗੱਲ ਦੱਸ ਦਿਓ, ਕੌਮ ਦੀ ਕੋਈ ਪ੍ਰਾਪਤੀ ਦੱਸ ਦਿਓ, ਫਿਰ ਤੁਸੀਂ ਕਹੋ। ਮੈਂ ਤਾਂ ਤੁਹਾਡੇ ਮੱਧਿਆਂ ਨੇ ਕਹਿੰਦਾ ਗੱਲਾਂ 'ਤੇ, ਦੇਖੋ ਤੁਸੀਂ ਮੇਰੇ ਕੋਲ 1 ਘੰਟਾ ਸਵਾਲ ਪੁੱਛਦੇ ਰਹੋ, ਮੈਂ 1 ਘੰਟਾ ਜਵਾਬ ਦਿੰਦਾ ਰਹਾਂਗਾ, 2 ਘੰਟੇ ਪੁੱਛਦੇ ਰਹੋ, 6 ਘੰਟੇ ਪੁੱਛਦੇ ਰਹੋ। ਪਰ ਮੈਂ ਹੁਣ ਤੁਹਾਡੇ ਵਰਗੇ ਵੀ ਅਕਾਲੀਆਂ ਨੂੰ ਕਹਿੰਦਾ ਵਾਂ ਕਿ ਰੱਬ ਦਾ ਵਾਸਤਾ ਅਤੇ ਜਾਨ ਚੁੱਕੋ, ਇਹ ਸਰੀਰ ਦਾ ਭਰੋਸਾ ਤਾਂ ਹੈ ਨਹੀਂ, ਕਦ ਝਟਕਾ ਲੱਗੇ ਤਾਂ ਚਲਾ ਜਾਣਾ। ਹੁਣ ਤਾਂ ਇਹਦੇ ਖਿਲਾਫ਼ ਬਗਾਵਤ ਕਰੋ। ਇਹ ਅਕਾਲੀ ਦਲ ਇਹਦੇ ਪਿਓ ਦੀ ਜਗੀਰ ਨਹੀਂ ਹੈ, ਇਹਦੇ ਵੱਡੇ ਵਡੇਰੇ ਤਾਂ ਸਾਰੇ ਕਾਂਗਰਸੀ ਸਨ, ਇਹ ਸਾਡੀ ਜਗੀਰ ਹੈ। ਅਸੀਂ ਲੋਕ ਪੈਦਾਸ਼ੀ ਅਕਾਲੀ ਹਾਂ। ਸਾਡੇ ਇਲਾਕੇ 'ਚੋਂ ਗੁਜਰ ਖਾਨ ਤੋਂ ਮਾਸਟਰ ਜੀ ਦਾ ਪਿੰਡ 5 ਕਿਲੋਮੀਟਰ 'ਤੇ ਸੀ, ਅਕਾਲੀ ਲਹਿਰ ਸ਼ੁਰੂ ਹੋਈ, ਸਿੰਘ ਸਭਾ ਲਹਿਰ ਸ਼ੁਰੂ ਹੋਈ। ਇਹ ਸਾਡੀਆਂ ਪਰਿਵਾਰ ਦੀਆਂ ਸਾਡੀਆਂ ਦੇਣਾਂ ਨੇ, ਸਾਡਾ ਹਿੱਸਾ ਉਹਦੇ 'ਚ, ਇਹਨਾਂ ਨੂੰ ਕੀ ਹੈ ਜੀ? ਪਰ ਅਸੀਂ ਹੁਣ ਬਚਾਈਏ ਨਾ ਇਸ ਨੂੰ, ਆਪਣਾ ਅਕਾਲੀ ਦਲ ਨੂੰ, ਔਰ ਅਕਾਲੀ ਦਲ ਤਾਂ ਹੀ ਬਚੇਗਾ। ਇਹ ਪਿਓ ਪੁੱਤਰ ਨੂੰ ਕੌਮ ਤੋਂ ਅਲੱਗ ਕਰ ਦਿਓਗੇ, ਅਕਾਲੀ ਦਲ ਤੋਂ ਅਲੱਗ ਕਰ ਦਿਓਗੇ। ਮੈਂ ਤਾਂ ਇਹ ਵੀ ਕਹਿੰਦਾ ਇਸ ਨੂੰ ਬਈ ਗੁਰੂ ਦਾ ਵਾਸਤਾ ਹੀ
ਜਿੱਤ ਅਗਰ ਤੂੰ ਆਪਣਾ ਇਤਿਹਾਸ ਸੁਨਹਿਰੀ ਰੱਖਣਾ ਚਾਹੁੰਦਾ ਹੈ, ਅਗਰ ਤੂੰ ਆਪਣੇ ਇਤਿਹਾਸ ਤੇਰਾ ਗੰਦਲਾ ਹੋ ਚੁੱਕਾ ਹੈ, ਬਿਲਕੁਲ ਮਿੱਟੀ 'ਚ ਨਹੀਂ ਮੁਰਨਾ ਚਾਹੁੰਦਾ ਹੈ, ਫਿਰ ਤੈਨੂੰ ਚਾਹੀਦਾ ਕਿ ਤੂੰ ਆਪ ਅਲਾਂਬੇ ਹੋ ਜਾ ਕੋਈ ਕੌਮ ਜਿਹਨੂੰ ਪ੍ਰਧਾਨ ਬਣਨਾ ਬਣਨਾ, ਮੈਨੂੰ ਪੂਰਾ ਸਹਿਯੋਗ ਦੇਣਾ। ਅੱਜ ਤੂੰ ਕਹਿ ਰਿਹਾ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਾਂਗਰਸ ਸਰਕਾਰ ਹਥਿਆਉਣਾ ਚਾਹੁੰਦੀ ਹੈ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਦ 11 ਦੀਆਂ ਚੋਣਾਂ ਹੋਈਆਂ ਸਨ ਤੁਸੀਂ 10 ਦਿਨਾਂ 'ਚ 38 ਲੱਖ ਵੋਟਾਂ ਬਣਾਤੀਆਂ, ਤੁਸੀਂ ਇੱਥੇ ਆਏ ਨਹੀਂ ਗੁਰਦੁਆਰੇ, ਅੱਜ ਕੀ ਫਾਇਦਾ ਹੋਇਆ? ਅੱਜ ਤੁਸੀਂ ਉਹ ਜਥੇਦਾਰ ਬਣਾ ਤੇ, ਅੱਜ ਵੀ ਲੋਕ ਚਲੋ ਅਕਾਲੀ ਫੂਲਾ ਸਿੰਘ ਨੂੰ ਯਾਦ ਕਰਦੇ ਨੇ, ਅਕਸ਼ਰ ਸਿੰਘ ਨੂੰ ਯਾਦ ਕਰਦੇ ਨੇ, ਗਿਆਨੀ ਕਿਰਪਾਲ ਸਿੰਘ ਨੂੰ ਯਾਦ ਕਰਦੇ ਨੇ, ਅਜਨੋ ਇਹਨੂੰ ਯਾਦ ਕਰਦੇ ਨੇ, ਕਰਦੇ ਨਾ, ਇਹਨਾਂ ਨੂੰ ਕੌਣ ਯਾਦ ਕਰੇਗਾ ਜਿਹੜੇ ਤੁਸੀਂ ਥਾਪੇ ਨੇ? ਤੁਸੀਂ ਕਾਲ ਤਖ਼ਤ ਵਰਗੀ ਮਹਾਨ ਸਥਾਨ ਦੀ ਕਿਤਨੀ ਡੈਨੀਗ੍ਰੇਸ਼ਨ ਕਰ ਦਿੱਤੀ, ਉਹਦਾ ਕੋਈ ਹਿਸਾਬ ਕਿਤਾਬ ਹੈ? ਅੱਜ ਉਹਦਾ ਪੁੱਤਰ ਫੜਿਆ ਗਿਆ ਬਈ ਉਹਦੇ ਹਥਿਆਰ ਮਿਲਣ ਅਤੇ ਉਹ ਮਿਲਣ, ਹੈਂਜੀ, ਤੁਸੀਂ ਕਿਉਂ ਨਹੀਂ ਅਸਤੀਫਾ ਦਵਾ ਰਹੇ ਹੋ? ਇਸ ਵਾਸਤੇ ਵੀ ਜੇ ਅਕਾਲ ਤਖ਼ਤ ਦੇ ਜਥੇਦਾਰ ਨੇ ਅਸਤੀਫਾ ਦਿੱਤਾ ਤਾਂ ਫਿਰ ਲੋਕ ਮੇਰੇ ਅਸਤੀਫੇ ਦੀ ਵੀ ਮੰਗ ਕਰਨਗੇ, ਇਸ ਵਾਸਤੇ ਨਾ ਇਹ ਦੇਵੇ ਅਤੇ ਨਾ ਮੈਂ ਦਿਆਂ। ਪਰ ਮੈਂ ਇਹ ਤੁਹਾਨੂੰ ਕਹਿ ਦੇਣਾ ਚਾਹੁੰਦਾ, ਜਦ ਮੈਂ ਤੁਹਾਡੇ ਨਾਲ ਸਾਂ ਮੈਂ ਤੁਹਾਨੂੰ ਹਮੇਸ਼ਾ ਚੰਗੀ ਰਾਏ ਦਿੱਤੀ ਹੈ, ਅੱਜ ਵੀ ਮੇਰੀ ਰਾਏ 'ਤੇ ਅਮਲ ਕਰੋਗੇ ਤਾਂ ਬਚ ਜਾਓਗੇ, ਆਪਣਾ ਇਤਿਹਾਸ ਬਚਾ ਲਓਗੇ। ਹਰ ਹਾਲਤ ਦੇ ਵਿੱਚ ਅਸਤੀਫੇ ਦੇ ਕੇ ਕਿਸੇ ਐਸੇ ਬੰਦੇ ਨੂੰ ਪ੍ਰਧਾਨ ਬਣਾਓ ਜਿਹੜਾ ਤੁਹਾਡੀ ਨਜ਼ਰ ਵਿੱਚ ਸੱਚਾ ਸੁੱਚਾ ਸਿੱਖ ਹੈਗਾ। ਇਹ ਨਹੀਂ ਕਿ ਜਨਮੇ ਜਸ ਨੂੰ ਬਣਾ ਦਿਆਂ ਅਤੇ ਫਲਾਣੇ ਬਣਾ ਦਿਆਂ ਢਿੰਗਣੇ ਬਣਾ ਦਿਆਂ, ਉਹ ਨਹੀਂ। ਆਸ ਹੈ ਜੀ ਤੁਸੀਂ ਉਹ ਇਸ ਤਰ੍ਹਾਂ ਕਰਨਗੇ? ਨਾ ਜੀ ਨਾ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਚੰਗਿਆਈ ਲਿਖੀ ਨਹੀਂ ਹੋਈ ਉਹ ਆਖਰੀ ਉਮਰ 'ਚ ਕਿਉਂ ਚੰਗਿਆਈ ਲੈਣਗੇ? 162 ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬੇਦੀ ਹੋਈ ਇਹਨਾਂ ਦੀ ਸਰਕਾਰ 'ਚ, ਉਹਦੇ ਲਈ ਤੁਸੀਂ ਦੋਸ਼ੀ ਕਿਹਨੂੰ ਮੰਨਦੇ ਹੋ ਜੀ? ਦੇਖੋ, ਪੰਜਾਬ ਦੇ ਲੋਕਾਂ ਲਈ, ਸਿੱਖ ਕੌਮ ਦੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਤਾਂ ਛੱਡ ਦਿਓ, ਕੋਈ ਬਰਾਬਰ ਹੈ ਜਾਂ ਚੀਜ਼ ਕੋਈ ਹੈ? ਅਤੇ ਜਿਹੜੇ ਗੁਰੂ ਦੇ ਨਾਂ ਦੇ ਉੱਤੇ ਰਾਜ ਕਰ ਰਹੇ ਹੋਣ ਉਹਨਾਂ ਦੇ ਰਾਜ ਵਿੱਚ ਬੇਦਬੀ ਹੋ ਜਾਏ 162 ਵਾਰ, ਕਿ ਉਹ ਰਾਜ ਕਰਨ ਦੇ ਕਾਬਲ ਹੈ? ਮੈਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਚੋਣਾਂ ਦੇ ਵਿੱਚ ਇਹਨਾਂ ਨੂੰ ਬਿਲਕੁਲ ਨਕਾਰ ਕੇ ਰੱਖ ਦਿੱਤਾ ਹੈ। ਪਰ ਮੈਂ ਹੁਣ ਇਹ ਵੀ ਕਹਿੰਦਾ ਕਿ ਅਗਲੀਆਂ ਆਉਣ ਵਾਲੀਆਂ ਚੋਣਾਂ 'ਚ ਵੀ ਇਹ ਨਿਸ਼ਚਿਤ ਨਿਰੂਪਿਤ ਕਰੋ, ਖਾਸ ਕਰਕੇ ਜਿਹੜੇ ਗੁਰੂ ਦੀ ਬੇਦਬੀ ਨਹੀਂ ਰੋਕ ਸਕੇ, ਜਿਹੜੇ ਗੁਰੂ ਦੀ ਹੋਈ ਬੇਦਬੀ ਨੂੰ ਸਜਾਵਾਂ ਨਹੀਂ ਦਵਾ ਸਕੇ, ਉਹਨਾਂ ਦਾ ਗੁਰਦੁਆਰਾ ਚੋਣਾਂ ਲੜਨ ਦਾ ਕੀ ਆਕਰ ਹੈ ਗਿਆ? ਅਗਰ ਇਹ ਲੜਨ ਦੀ ਹਿੰਮਤ ਕਰਨ ਤਾਂ ਇਹਨਾਂ ਸਭ ਦੀਆਂ ਜਮਾਨਤਾਂ ਜਮਤ ਹੋਣੀਆਂ ਚਾਹੀਦੀਆਂ ਜੀ। ਬਾਦਲ ਸਾਹਿਬ ਅੱਜ ਕੱਲ੍ਹ ਜਿਹੜੀਆਂ ਰੈਲੀਆਂ ਕੀਤੀਆਂ ਇਹਨਾਂ ਨੇ ਫਰੀਦਕੋਟ ਅਤੇ ਬਠਿੰਡੇ, ਉਹ ਰੈਲੀਆਂ ਦੇ ਵਿੱਚ ਇਹਨਾਂ ਨੇ ਕਿਹਾ ਜੀ ਮੈਂ ਪੰਜਾਬ ਦੇ ਅਮਨ ਲਈ ਅਨੇਕਾਂ ਸੁਖਬੀਰ ਵਾਰ ਸਕਦਾ, ਜੇ ਪੰਜਾਬ ਦਾ ਅਮਨ ਸਾਡੀਆਂ ਸ਼ਹਾਦਤਾਂ ਦੇ ਕੇ ਹੁੰਦਾ ਹੋਵੇ ਤਾਂ ਅਸੀਂ ਦੋਵੇਂ ਸ਼ਹਾਦਤ ਦੇਣ ਨੂੰ ਤਿਆਰ ਹਾਂ। ਪਹਿਲੀ ਗੱਲ ਤਾਂ ਹੈਗੀ ਕਿ ਜਿਹੜੀ ਤੁਸੀਂ ਫਰੀਦਕੋਟ ਦੀ ਰੈਲੀ ਕੀਤੀ ਹੈ ਇਹਨੂੰ ਤੁਸੀਂ ਕਹਿ ਸਕਦੇ ਹੋ ਬਈ ਇਹ ਅਕਾਲੀ ਦਲ ਦੀ ਰੈਲੀ ਸੀ, ਇਹਦੇ ਸਿੱਖਾਂ ਦਾ ਇਕੱਠ ਸੀ, ਇਹਦੇ ਵਿੱਚ ਜਿਹੜੀਆਂ ਰੈਲੀਆਂ ਦੇ ਵਿੱਚ ਜਕਾਰੇ ਵੱਜੇ ਜਾਂਦੇ ਸਨ ਉਹ ਸਨ। ਉਹਨੂੰ ਕਹੋ ਜੀ ਤੁਸੀਂ ਸ਼ਹਾਦਤ ਕੀ ਦੇਣੀ ਹੈ, ਤੁਸੀਂ ਤਾਂ ਸਿੱਖਾਂ ਦੀ ਹਮੇਸ਼ਾ ਸ਼ਹਾਦਤ ਲਈ ਹੈ, ਆਪ ਨਹੀਂ ਕਦੇ ਦਿੱਤੀ। ਜਿਸ ਵਕਤ ਟੈਰਰਿਜ਼ਮ ਦਾ ਦੌਰ ਸੀ ਨਾ, ਕੋਈ ਮੈਨੂੰ ਐਸਾ ਅਕਾਲੀ ਲੀਡਰ ਦੱਸ ਦਿਓ ਜਿਸ 'ਤੇ ਅਟੈਕ ਨਾ ਹੋਇਆ ਹੋਵੇ, ਭਾਵੇਂ ਕਿਸੇ ਦੀ ਚੀਚੀ ਉਂਗਲੀ ਗਈ ਹੈ, ਅੰਗੂਠਾ ਗਿਆ, ਬਾਂਹ ਗਈ ਹੈ, ਕੁਝ ਗਈ ਹੈ। ਇਹ ਵੈਦ ਲੀਡਰ ਸੀ ਜਿਹਦਾ ਕੁਛ ਵੀ ਨਹੀਂ ਗਿਆ, ਜੇ ਉਸ ਵਕਤ ਬਚ ਗਿਆ ਤਾਂ ਹੁਣ ਕੌਣ ਇਸ ਨੂੰ ਮਾਰੇਗਾ? ਕਿਉਂ ਮਾਰਨਗੇ? ਪਾਪ ਲੈਣਾ ਕਿਸੇ ਨੇ? ਇਸ ਨੂੰ ਮਾਰ ਕੇ ਪਾਪੀ ਬਣਨਾ ਅਗਲਿਆਂ ਨੇ? ਬਿਲਕੁਲ ਨਹੀਂ। ਉਹਨੂੰ ਕਹੋ ਤੂੰ ਆਪ ਹੀ ਅਲਾਂਬੇ ਹੋ ਜਾ, ਘੱਟੋ ਘੱਟ ਗੁਰੂ ਮਹਾਰਾਜ ਨੇ ਤਾਂ ਸਾਰਿਆਂ ਨੇ ਸਾਡਾ ਵੀ ਭੋਗ ਪੈਣਾ, ਇਹਨਾਂ ਦਾ ਵੀ ਪੈਣਾ, ਉਸ ਭੋਗ ਦੇ ਉੱਤੇ ਕੱਟ ਤਾਂ ਹੋਵੇ, ਕੋਈ ਚੰਗੇ ਲਫ਼ਜ਼ ਬੋਲਣ ਵਾਲੇ ਦੇ ਹੋਣ। ਪੁੱਤਰ ਨੂੰ ਤੂੰ ਬੜੀਆਂ ਜ਼ਮੀਨਾਂ ਲੈ ਕੇ ਦੇ ਦਿੱਤੀਆਂ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸੈਟਲ ਕਰਾ ਦੇ ਉੱਥੇ, ਇੱਥੇ ਜਿਹੜੀ ਜਾਇਦਾਦ ਬਣੀ ਹੋਈ ਹੈ ਬਣੀ ਹੋਈ ਹੈ। ਤੁਹਾਨੂੰ ਲੱਗਦਾ ਜੀ ਉਹ ਆਪਣੇ ਆਪ ਛੱਡ ਜਾਣਗੇ? ਦੇਖੋ ਜੀ ਇਹਨਾਂ ਦੇ ਹੱਥ ਕੁਝ ਵੀ ਨਹੀਂ ਹੈ, ਇੱਕ ਗੱਲ ਸੁਣ ਲਓ, ਇਹ ਤਾਂ ਕਾਠ ਦੀ ਪੁਤਲੀ ਹੈ, ਜਿਵੇਂ ਆਰ ਐੱਸ ਐੱਸ ਬੀ ਜੇ ਪੀ ਇਹਨਾਂ ਨੂੰ ਨਚਾਉਂਦੀ ਹੈ ਉਵੇਂ ਨੱਚਦੇ ਨੇ।
ਇਹਨਾਂ ਨੇ ਆਪਣਾ ਕੋਈ ਫੈਸਲਾ ਲੈ ਹੀ ਨਹੀਂ ਸਕਣਾ, ਲੈਣਾ ਹੀ ਨਹੀਂ। ਇਹ ਤਾਂ ਜਿਹੜੇ ਫੈਸਲੇ ਉਹ ਸੁਣਾਉਣਗੇ ਉਹ ਕਰਨਾ ਉਹਨਾਂ ਨੇ, ਇਹਨੂੰ ਰਾਜ ਹੀ ਤਾਂ ਮਿਲਿਆ ਹੈ। ਬਈ ਮੈਂ ਸਭ ਤੋਂ ਵੱਧ ਸਿੱਖ ਕੌਮ ਦਾ ਨੁਕਸਾਨ ਮੈਂ ਕਰਾਂਗਾ, ਮੇਰੇ ਤੋਂ ਵੱਧ ਨੁਕਸਾਨ ਕਰਨ ਵਾਲਾ ਨਹੀਂ ਹੈ। ਉਹਨੇ ਕਿਹਾ ਆ ਜਾ ਫਿਰ ਤੂੰ ਬਣ ਜਾ, ਅਤੇ ਬਣ ਗਿਆ। ਪੰਜਾਬ 'ਚ ਇੱਕ ਹੋਰ ਗੱਲ ਬਹੁਤ ਜ਼ਿਆਦਾ ਪ੍ਰਚਲਿਤ ਹੈ ਜੀ, ਕੈਪਟਨ ਅਤੇ ਬਾਦਲ ਹੋਣੀ ਰਲੇ ਹੋਏ ਨੇ, ਉਹਦੇ ਬਾਰੇ ਤੁਸੀਂ ਕੀ ਸਮਝਦੇ? ਦੇਖੋ ਗੱਲ ਹੈਗੀ ਕਿ ਰਲੇ ਤਾਂ ਨਹੀਂ ਹੋਏ। ਜਿਹੜਾ ਬੰਦਾ ਪ੍ਰਕਾਸ਼ ਸਿੰਘ ਬਾਦਲ ਨਾਲ, ਸੁਖਬੀਰ ਸਿੰਘ ਬਾਦਲ ਨਾਲ ਰਲੇਗਾ ਜਾਂ ਰਲਣ ਦੀ ਖੁਸ਼ਬੋ ਦੁਨੀਆ 'ਚ ਭੇਜੇਗਾ, ਉਹਦਾ ਆਪਣਾ ਹੀ ਝੱਗਾ ਸੜ ਜਾਣਾ, ਫਾਇਦਾ ਕੀ ਹੈ? ਇਤਨੀ ਅਕਲ ਤਾਂ ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਨੂੰ ਹੋਏਗੀ, ਉਹਦੇ ਸਾਥੀਆਂ ਨੂੰ ਹੋਏਗੀ। ਬਈ ਦੱਸੋ ਬਈ ਬਈ ਜੇ ਇਹਨਾਂ ਨਾਲ ਹੀ ਰਲਣਾ ਤਾਂ ਬਸ ਹੋ ਗਿਆ ਕੰਮ ਪੂਰਾ। ਫਿਰ ਤਾਂ ਉਹਨਾਂ ਦੇ ਜਿਹੜੀ ਪਰਿਵਾਰ ਦੀ ਪਿਛਲੇ 300 ਸਾਲ ਦੀ ਕਰਵਾਈ ਹੈ ਗੁਰੂ ਰਾਏ ਸਾਹਿਬ ਤੋਂ, ਉਹ ਸਾਰੀ ਗੁੜ ਗੋਬਰ ਮਿੱਟੀ ਹੋ ਜਾਏਗੀ। ਇਸ ਵਾਸਤੇ ਇਹ ਜੀ ਗਲਤੀ ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਸਕਦਾ। ਦੇਖੋ ਮੇਰੀ ਗੱਲ ਸੁਣੋ, ਪਹਿਲੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਇਤਿਹਾਸ ਹੈਗਾ, ਮੈਂ ਅੱਗੇ ਵੀ ਤੁਹਾਨੂੰ ਪਹਿਲੇ ਜ਼ਿਕਰ ਕੀਤਾ ਸੀ ਵੀ ਕਰਤਾਰਪੁਰ ਲਾਂਘੇ ਦੀ, ਕਰਤਾਰਪੁਰ ਦੁਆਰਾ ਖੋਲ੍ਹਣ ਦੀ, ਇਹ ਉਸ ਅਕਾਲ ਪੁਰਖ ਨੇ ਸੇਵਾ ਸਾਡੇ ਕੋਲ ਲਈ ਸੀ। ਅਸੀਂ 8 ਅਗਸਤ ਨੂੰ ਵੀ ਗਏ ਸਾਂ, ਉਸ ਤੋਂ ਪਹਿਲੇ ਵੀ ਗਏ ਸਾਂ, ਹਰ ਤੀਸਰੇ ਮਹੀਨੇ ਜਾਂਦੇ ਹਾਂ। ਹੁਣ ਵੀ ਮੈਂ ਸੋਮਵਾਰ ਜਾਣਾ ਸੀ ਪਰ ਕੁਝ ਤਬੀਅਤ ਨਾ ਸਾਜ ਹੋਣ ਕਰਕੇ ਮੈਂ ਵੀਰਵਾਰ ਦਾ ਬਣਾਇਆ। ਫਿਰ ਉਹਦਾ ਟੈਲੀਫੋਨ ਆਇਆ ਬਈ ਮਰਨਾ ਮੈਂ ਗਈ ਤਾਂ ਅਸੀਂ ਤੁਹਾਨੂੰ ਮਿਲ ਨਹੀਂ ਸਕਾਂਗੇ, ਗੁਰੂ ਨੇ ਚਾਹਿਆ ਤਾਂ ਅਸੀਂ ਸੋਮਵਾਰ ਜਾਵਾਂਗੇ। ਇਹ ਸਾਰੀ ਸ਼ੁਰੂਆਤ ਸਾਡੇ ਵੱਲੋਂ ਸ਼ੁਰੂ ਹੋਈ ਸੀ। ਮੈਨੂੰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪੰਥਕ ਕਮੇਟੀ ਇੱਕ ਚਿੱਠੀ ਦੱਸ ਦੇਵੇ ਜਿਹਦੇ 'ਚ ਇਹਨਾਂ ਨੇ ਇਹ ਕਿਹਾ ਹੋਇਆ ਵੀ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੇ ਲਈ ਅਸੀਂ ਸਾਡੀ ਸਰਕਾਰ ਨੂੰ ਅਸੀਂ ਕਹਿ ਰਹੇ ਹਾਂ ਵੀ ਆ ਗੱਲਬਾਤ ਕਰੋ। ਕਿਸੇ ਗੱਲਬਾਤ ਦੇ ਵਿੱਚ ਇਹ ਸੈਂਕੜੇ ਵਾਰ ਪ੍ਰਾਈਮ ਮਿਨਿਸਟਰ ਨੂੰ ਮਿਲੇ ਹਨ, ਫਾਰਨ ਮਿਨਿਸਟਰ ਨੂੰ ਮਿਲੇ ਹਨ, ਮਨਮੋਹਨ ਸਿੰਘ ਵਕਤ ਮਿਲੇ ਹਨ, ਅਸੀਂ ਇਹ ਦੱਸ ਦੇਣ ਵੀ ਅਸੀਂ ਫਲਾਣੇ ਵਕਤ ਕਿਹਾ, ਕੋਈ ਨਹੀਂ, ਇਹ ਸਿਰਫ ਸਾਡੀ ਸੀ ਕਿਉਂਕਿ ਡਰਦੇ ਸਨ। ਸਾਨੂੰ ਇਹ ਪ੍ਰੇਮ ਸਿੰਘ ਚੰਦੂ ਮਾਜਰਾ ਜਿੰਦਾ ਬੈਠਾ ਹੈ, ਸਾਨੂੰ ਹੋਮ ਮਿਨਿਸਟਰ ਅਡਵਾਨੀ ਨੇ ਆਪਣੇ ਕਮਰੇ 'ਚ ਕਿਹਾ ਸੀ, ਪਹਿਲੇ ਤਾਂ ਉਹਨੇ ਮੈਸੇਜ ਭੇਜਿਆ ਸੀ ਵੀ ਤੂੰ ਪਾਕਿਸਤਾਨ ਜਾਣਾ ਛੋੜ ਦੇ। ਮੈਂ ਕਿਹਾ ਜੀ ਅਸੀਂ ਨਹੀਂ ਛੱਡ ਸਕਦੇ, ਤੂੰ ਜੋ ਕਰਨਾ ਕਰ ਲੈ, ਤੂੰ ਅੰਦਰ ਕਰਨਾ ਕਰ ਲੈ, ਅਸੀਂ ਤੈਨੂੰ ਕਦੀ ਨਹੀਂ ਕਹਾਂਗੇ, ਕਿਸੇ ਕੋਲ ਸੁਨੇਹਾ ਨਹੀਂ ਦਿਆਂਗੇ ਵੀ ਤੂੰ ਸਾਨੂੰ ਛੱਡ ਦੇ। ਪੁੱਛ ਚੰਦੂ ਮਾਜਰਾ ਜਿੰਦਾ ਬੈਠਾ, ਅਡਵਾਨੀ ਨੇ ਉਸ ਵਕਤ ਕਿਹਾ ਸੀ ਬਈ ਤੁਮ ਪਾਕਿਸਤਾਨ ਜਾਣਾ ਛੋੜ ਦਿਓ। ਟੋੜਾ ਸਾਹਿਬ ਬੜੇ ਦੂਰ ਅੰਦੇਸ਼ ਅਤੇ ਸਮਝਦਾਰ ਸਨ, ਉਹਨਾਂ ਨੇ ਕਿਹਾ ਨਾ ਸਰਨਾ ਨਾ ਚੰਦੂ ਮਾਜਰਾ, ਇਹ ਮੇਰੇ ਕਹਿਣੇ ਕੇ ਉੱਪਰ ਜਾਤੇ ਹੈ, ਆਪਣੇ ਆਪ ਨਹੀਂ ਜਾਤੇ ਹੈ, ਆਪਣੇ ਜੋ ਬਾਤ ਕਰਨੀ ਹੈ ਮੁਝਸੇ ਕਰੋ। ਉਹ ਕਿਉਂ ਬਈ ਉਹਨੇ ਜੇ ਇਹਨਾਂ ਤਾਂ ਕਰੇ ਤਾਂ ਜੋ ਇਹਨੇ ਕਰਨਾ ਮੇਰੇ ਨਾਲ ਕਰੇ। ਇਹ ਤਾਂ 2003 ਅਖੀਰ ਦੀ ਜਾਂ 4000 ਸ਼ੁਰੂ ਦੀ ਗੱਲ ਹੈਗੀ, ਮਤਲਬ ਉਹਨਾਂ ਨੂੰ ਪਤਾ ਨਾ ਸੀ ਕਿਸ ਵਾਸਤੇ ਜਾਂਦੇ ਹਾਂ, ਇਹ ਤਾਂ ਹੈ ਨਹੀਂ ਵੀ ਅਸੀਂ ਪਾਕਿਸਤਾਨ ਜਾਂਦੇ ਹਾਂ ਅਤੇ ਇੰਟੈਲੀਜੈਂਸ ਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਕੀ ਕਰਦੇ ਹਾਂ ਉੱਥੇ, ਦੇ ਨੋ ਇਟ ਨਾ। ਮੈਂ ਇਹ ਕਹਿਣਾ ਚਾਹੁੰਦਾ, ਦੋ ਗੱਲਾਂ ਇਸ ਵਿੱਚ ਕਰਾਂਗਾ। ਪਹਿਲੀ ਗੱਲ ਹੈਗੀ ਕਿ ਜਿਹੜੀ ਜਨਰਲ ਬਾਜਵੇ ਨੇ ਸਿੱਧੂ ਨੂੰ ਇਹ ਗੱਲ ਕਹੀ ਗਏ ਬਈ ਅਸੀਂ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੀ ਬਾਰੇ ਸੋਚ ਰਹੇ ਹਾਂ ਜਾਂ ਗੱਲ ਕਰ ਰਹੇ ਹਾਂ, ਹੁਣ ਇਹ ਨਹੀਂ ਪਤਾ ਐਗਜੈਕਟ ਉਸਨੇ ਕੀ ਕਿਹਾ। ਇਹ ਸਾਡੀ ਪ੍ਰਾਪਤੀ ਹੈ, ਅਸੀਂ ਹਿੰਦੁਸਤਾਨ ਵਿੱਚ ਜਿਹੜਾ ਪਾਕਿਸਤਾਨ ਦਾ ਮੈਟਰ ਹੈ ਉਹਨਾਂ ਨੇ ਚਿੱਠੀਆਂ ਲਿਖੀਆਂ, ਫਿਰ ਉਹਨਾਂ ਨੇ ਚਿੱਠੀਆਂ ਲਿਖੀਆਂ ਪ੍ਰਾਈਮ ਮਿਨਿਸਟਰ ਦੇ ਨਾਂ 'ਤੇ, ਹੋਮ ਮਿਨਿਸਟਰ ਦੇ ਨਾਂ 'ਤੇ, ਫਾਰਨ ਮਿਨਿਸਟਰ ਦੇ ਨਾਂ 'ਤੇ ਵੀ ਅਸੀਂ ਚਿੱਠੀ ਭੇਜਾਂਗੇ, ਉਹ ਰੱਦੀ ਟੋਕਰੀ ਜਾਣੀ ਹੈ, ਜਿਹੜੀ ਇਹਨਾਂ ਰਾਹੀਂ ਜਾਏਗੀ ਉਹ ਅਗਲਿਆਂ ਕੋਲ ਪਹੁੰਚੇਗੀ। ਅਸੀਂ 6 ਵਾਰ ਇਹਨਾਂ ਦੇ ਰਾਹੀਂ ਚਿੱਠੀਆਂ ਭੇਜੀਆਂ, ਔਰ ਗੱਲਾਂ ਵੀ ਰੋਜ਼ ਹਰ ਵਾਰ ਗੱਲ ਕਰਕੇ ਆਉਂਦੇ ਆ, ਜਿਹੜੇ ਉਹਨਾਂ ਦੇ ਅਫਸਰ ਹੈ ਕਿ ਉਹਨਾਂ ਨਾਲ ਗੱਲ ਕਰਕੇ ਆਉਂਦੇ ਆ। ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਸਾਡੇ ਜਿਹੜੀ ਅਫਸਰਾਂ ਨਾਲ ਗੱਲ ਹੋਈ, ਜਿਹੜੇ ਅੰਬੈਸਟਰ ਨਾਲ, ਹਾਈ ਕਮਿਸ਼ਨਰ ਨਾਲ ਗੱਲ ਹੋਈ, ਉਹ ਜਨਰਲ ਬਾਜਵੇ ਕੋਲ ਪਹੁੰਚੀ ਹੋਈ ਹੈ, ਅਤੇ ਇਹ ਸਾਡੀ ਅਸੀਂ ਇਹਨੂੰ ਆਪਣੀ ਬੜੀ ਵੱਡੀ ਪ੍ਰਾਪਤੀ ਸਮਝੀ ਸੀ। ਹੁਣ ਪਰਸੋਂ TV 'ਤੇ ਮੈਨੂੰ ਕਹਿਣ ਲੱਗਿਆ ਇਸਨੇ ਜੱਫੀ ਡਾਲੀ ਜੀ, ਇਹਨਾਂ ਦਾ ਵੀ ਉਹ ਟਾਟੜਾ ਬੈਠਾ ਹੋਇਆ ਸੀ ਮਨਜਿੰਦਰ ਸਿੰਘ ਦਾ, ਮੈਂ ਕਿਹਾ ਕੀ ਹੋਇਆ ਜੱਫੀ ਪਾਈ ਹੈ ਜੀ। ਮੈਂ ਕਿਹਾ ਪਹਿਲੀ ਗੱਲ ਤਾਂ ਹੈਗੀ ਸਿੱਧੂ
ਇੱਕ ਨਾਮੀ ਪੋਲੀਟੀਸ਼ੀਅਨ ਹੈ, ਐਜ਼ ਏ ਕ੍ਰਿਕਟਰ ਉਸਨੂੰ ਦੁਨੀਆ ਜਾਣਦੀ ਹੈ, ਪਾਕਿਸਤਾਨ ਦਾ ਬੱਚਾ ਬੱਚਾ ਜਾਣਦਾ ਹੈ। ਜਨਰਲ ਬਾਜਵੇ ਨੂੰ ਤੁਸੀਂ ਅੰਤ ਕਿਹਾ ਤਾਂ ਸਰਦਾਰ ਕਹਿੰਦੇ ਹੋ, ਪਰ ਦੁਨੀਆ ਦੀ ਪਹਿਲੀਆਂ ਜਿਹੜੀਆਂ ਚਾਰ ਬੈਸਟ ਆਰਮੀਜ਼ ਹੈਗੇ ਉਹਦਾ ਜਨਰਲ ਹੈ, ਇਹ ਤਾਂ ਮੰਨਦੇ ਹਾਂ ਨਾ ਆਪਾਂ। ਅਤੇ ਜੋ ਪੰਜਾਬ ਦੀਆਂ ਹਸਤੀਆਂ ਆਪਸ 'ਚ ਮਿਲ ਰਹੀਆਂ ਹਨ ਅਤੇ ਉਹਨਾਂ ਨੇ ਜੱਫੀ ਪਾਤੀ ਹੈ, ਤਾਂ ਕਿਹੜਾ ਹੋ ਗਿਆ ਜੀ, ਕੀ ਫਰਕ ਪੈ ਗਿਆ? ਸਮਝਦੇ ਜੇ ਲਾਂਘਾ ਖੁਲਵਾਏਗੀ ਭਾਰਤ ਸਰਕਾਰ? ਦੇਖੋ, ਇਸ ਵਕਤ ਜੋ ਪ੍ਰੈਸ਼ਰ ਹੈ, ਹੁਣ ਅਸੀਂ ਇੱਕ ਮੈਮ ਪਰਸੋਂ ਤੋਂ ਕਰ ਰਹੇ ਹਾਂ ਬਈ, ਸਾਰੇ ਮੈਕਸੀਮਮ ਦਿੱਲੀ ਦੇ ਸਿੱਖਾਂ ਕੋਲੋਂ ਘੱਟੋ ਘੱਟ 1 ਲੱਖ ਸਿੱਖਾਂ ਕੋਲੋਂ ਦਸਤਖਤ ਕਰਾ ਕੇ ਪ੍ਰਾਈਮ ਮਿਨਿਸਟਰ ਨੂੰ ਭੇਜਾਂਗੇ। ਜਿੰਨੇ ਵੱਡੇ ਸ਼ਹਿਰ ਹੈਗੇ ਪੰਜਾਬ ਦੇ, ਯੂਪੀ ਦੇ, ਉੱਤਰਾਖੰਡ ਦੇ, ਉਹਨਾਂ ਸਾਰਿਆਂ ਕੋਲ ਚਿੱਠੀਆਂ ਲੈ ਕੇ ਆਵਾਂਗੇ ਔਰ ਤਕਰੀਬਨ 4-5 ਲੱਖ ਸਿਗਨੇਚਰ ਕਰਾ ਕੇ ਅਸੀਂ ਪ੍ਰਾਈਮ ਮਿਨਿਸਟਰ ਨੂੰ ਦੇਵਾਂਗੇ। ਦੇਖੋ, ਸਿੱਧੀ ਗੱਲ ਹੈਗੀ, ਜਿਹਨੇ 2019 'ਚ ਜੇ ਇਹਨਾਂ ਨੇ ਲਾਂਘਾ ਨਾ ਖੋਲਿਆ ਤਾਂ BJP ਆਪਣੇ ਆਪ ਨੂੰ ਸਿੱਖਾਂ ਦੀ 1 ਵੋਟ ਵੀ ਲੈਣ ਦੇ ਕਾਬਲ ਨਾ ਸਮਝਿਆ। ਔਰ ਜਿਸ ਤਰ੍ਹਾਂ ਬਾਦਲ ਨਿਫਤੋ ਨਬੂਦ ਹੋਇਆ ਸੀ ਪੰਜਾਬ 'ਚੋਂ, ਇਸ ਤਰ੍ਹਾਂ BJP ਨਿਫਤੋ ਨਬੂਦ ਹੋਏਗੀ ਜੇ ਸਿੱਖਾਂ ਦੀ ਇਸ ਮੰਗ ਨੂੰ ਨਾ ਮੰਨਿਆ ਗਿਆ। ਤਾਂ ਮੈਂ ਕਹਿੰਦਾ ਜੀ ਨਾ ਸਹੀ, ਤੁਸੀਂ ਕਹੋ ਜੀ ਇਹ ਲਓ ਜੀ ਅਸੀਂ ਆਪਣੀ ਸਰਹੱਦ ਤੱਕ ਸਾਰਾ ਪੁੱਲ ਬਣਾਤਾ, ਸਾਰਾ ਰਸਤਾ ਠੀਕ ਕਰਤਾ, ਉਹ ਨਾ ਕਰਨ ਨਾ ਸਹੀ। ਤੁਸੀਂ ਇਹ ਕਹਿੰਦੇ ਪਏ ਹੋ ਸੁਸ਼ਮਾ ਸਵਰਾਜ ਨੇ ਜਾਂ ਉਹ ਜਿਹੜਾ ਹੈਗਾ ਇਹਨਾਂ ਦਾ ਡਿਫੈਂਸ ਮਿਨਿਸਟਰ ਜਨਰਲ ਰਾਵਤ ਕੀ ਨਾਂ ਸੀ, ਮਲਕ ਜੋ ਵੀ ਹੈ, ਕਹਿੰਦਾ ਜੀ ਹਮੇ ਅਭੀ ਤੱਕ ਕੋਈ ਪੋਜ਼ੀਟਿਵ ਰਿਸਪਾਂਸ ਨਹੀਂ ਮਿਲਿਆ। ਉਹ ਕਮਾਲ ਹੋਈ ਪਈ ਹੈ, ਹਿੰਦੁਸਤਾਨ ਦੇ ਸਿੱਖਾਂ ਦਾ ਮਸਲਾ ਅਤੇ ਤੁਸੀਂ ਪੋਜ਼ੀਟਿਵ ਰਿਸਪਾਂਸ ਉਹਨਾਂ ਕੋਲ ਜਾਂਦੇ ਪਏ ਹੋ? ਤੁਸੀਂ ਆਪਣੀ ਐਬਲੀਗੇਸ਼ਨ ਤਾਂ ਪੂਰੀ ਕਰੋ ਨਾ, ਤੁਸੀਂ ਕੋਈ ਪਛੇੜਦੇ ਪਏ ਹੋ? ਤੁਹਾਡਾ ਨਹੀਂ ਹੈ ਕੋਈ ਬਈ, ਸਾਡਾ 2 ਕਰੋੜ ਸਿੱਖ ਬੈਠਾ ਹੋਇਆ, ਅਸੀਂ ਇਹਨਾਂ ਦੇ ਹਿਰਦਿਆਂ ਦੇ ਠੰਡੇ ਪਾਈਏ? ਅਸੀਂ ਆਪਣਾ ਹਿੰਦੁਸਤਾਨ ਪਿੱਛੇ ਅਰਬਾਂ ਰੁਪਏ ਦਾ ਨੁਕਸਾਨ ਕਰਾ ਕੇ, ਘਰ ਬਾਰ ਛੱਡ ਕੇ, ਪੁਣ 200 ਗੁਰਦੁਆਰਾ ਛੱਡ ਕੇ ਅਸੀਂ ਇੱਥੇ ਆਏ ਹਾਂ, ਹੁਣ ਸਾਡੇ ਵਾਸਤੇ 1 ਗੁਰਦੁਆਰਾ ਵਾਸਤੇ ਤੁਸੀਂ ਗੱਲ ਕਰਕੇ ਰਾਜ਼ੀ ਨਹੀਂ ਹੋ? ਹਿੰਦੁਸਤਾਨ 'ਚ ਉਹੀ ਪਾਰਟੀ ਰਾਜ ਕਰੇਗੀ ਜਿਹੜੇ ਸਿੱਖਾਂ ਨੂੰ ਖੁਸ਼ ਰੱਖੇਗੀ। ਥੋੜ੍ਹੇ ਬਹੁਤੇ ਚੜ੍ਹਲੇ ਕਰ ਲੈਣਗੇ, ਪਰ ਇੱਕ ਗੱਲ ਬੜੀ ਪੱਕੀ ਹੈ, ਬਗੈਰ ਸਿੱਖਾਂ ਨੂੰ ਰਾਜ਼ੀ ਕੀਤੇ ਕੋਈ ਹਿੰਦੁਸਤਾਨ 'ਤੇ ਰਾਜ ਨਹੀਂ ਕਰ ਸਕਦਾ, ਭਾਵੇਂ ਅਸੀਂ 2% ਆ, ਭਾਵੇਂ 2.5%। ਤੁਸੀਂ ਕਿਹਾ ਜੀ ਬਈ ਬਾਦਲ ਆਪਣੇ ਆਪ ਲਾਂਭੇ ਹੋ ਜਾਏ, ਉਹ ਇੱਕ ਤਾਂ ਜਿਹੜੇ ਬਰਗਾੜੀ ਬੈਠੇ ਨੇ ਮੋਰਚਾ ਲਾ ਕੇ, ਉਹਨਾਂ ਨੂੰ ਕਾਂਗਰਸੀ ਕਰਦਾਨ ਰਹੇ ਆ, ਇੱਕ ਉਹ ਸ਼ਰੇਆਮ ਇਹ ਕਹਿ ਰਹੇ ਜਿਹੜੀ ਬੇਅਦਬੀ ਹੋਈ ਹੈ ਕਾਂਗਰਸ ਦੇ ਆਪ ਵਾਲਿਆਂ ਨੇ ਕਰਾਈ ਹੈ। ਮੇਰੇ ਖਿਆਲ ਉਸ ਵਕਤ ਆਪ ਜੰਮੀ ਵੀ ਨਹੀਂ ਸੀ, ਆਪ ਜੰਮੀ ਤਾਂ ਹੋਏ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤਾਂ ਇਹ ਬਾਦਲ ਦਾ ਤੱਕਿਆ ਕਲਾਮ ਬੜਾ ਪੁਰਾਣਾ ਹੈ। ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਾਂ, ਇਤਿਹਾਸਕ ਗੱਲ ਹੈ। ਜਦ ਟੋੜਾ ਸਾਹਿਬ ਅਤੇ ਬਾਦਲ ਸਾਹਿਬ ਦਾ ਸਮਝੌਤਾ ਹੋਣ ਲੱਗਾ ਸੀ, ਮੈਂ ਟੋੜਾ ਸਾਹਿਬ ਨੂੰ ਕਿਹਾ ਵੀ ਤੁਸੀਂ ਇਹਦੇ ਨਾਲ ਕਿਉਂ ਸਮਝੌਤਾ ਕਰਦੇ ਪਏ ਹੋ? ਕਹਿਣ ਲੱਗੇ ਯਾਰ ਜ਼ਿੰਦਗੀ ਦਾ ਭਰੋਸਾ ਕੋਈ ਨਹੀਂ, ਇਹ ਮੈਨੂੰ ਕਹਿੰਦਾ ਕਾਂਗਰਸੀ ਹੈ, ਕਾਂਗਰਸੀ ਹੈ, ਕਾਂਗਰਸੀ ਹੈ। ਮੈਂ ਇਹਦੇ ਮੂੰਹ ਤੋਂ ਸੁਣਨਾ ਚਾਹੁੰਦਾ ਬਈ ਟੋੜੇ ਵਰਗਾ ਪੰਥ ਪ੍ਰਸ, ਕੌਮ ਪ੍ਰਸ ਕੋਈ ਹੈ ਹੀ ਨਹੀਂ ਹੈ, ਫਿਰ ਮੈਂ ਆਰਾਮ ਨਾਲ ਮਰਾਂਗਾ। ਟੋੜੇ ਨੇ ਆਪਣੀ ਸਿਆਣਪ ਨਾਲ ਇਸ ਸਮਝੌਤਾ ਕਰਾ ਕੇ ਇਸ ਕੋਲੋਂ ਪੰਥ ਪ੍ਰਸਤੀ ਦਾ ਸਬੂਤ ਲੈ ਕੇ, ਪੰਥ ਰਤਨ ਦੀ ਉਪਾਧੀ ਲੈ ਕੇ ਗਿਆ। ਇਹਦੀਆਂ ਤਾਂ ਇਹ ਗੱਲਾਂ ਹਨ, ਇਹਦਾ ਤਾਂ ਸਿੱਧਾ ਇੱਕੋ ਤਰੀਕਾ ਹੈ, ਜਿਹੜੇ ਇਹਦੇ ਵਿਰੋਧੀ ਹੋ ਗਏ ਉਹਨਾਂ ਨੂੰ ਕਾਂਗਰਸੀ ਦੇ ਗਰਦਾਰ ਦਿਓ ਜੀ। ਵੱਛੋ, ਤੂੰ ਪ੍ਰਤਾਪ ਸਿੰਘ ਕੈਰੋ ਦੇ ਪੋਤਰੇ ਨਾਲ ਆਪਣੀ ਧੀ ਕਿਵੇਂ ਆਈ? ਮਜੀਠੀਆ ਪਰਿਵਾਰ ਕਾਂਗਰਸੀ ਪਰਿਵਾਰ ਸੀ, ਤੂੰ ਉਹਨਾਂ ਦੀ ਲੜਕੀ ਨੂੰ ਆਪਣੀ ਨੂੰਹ ਕਿਉਂ ਬਣਾਇਆ? ਕੁਛ ਸੱਚ ਤਾਂ ਬੋਲ ਲੈ, ਛਾਣੀ ਕੀ ਬੋਲੇਗੀ, ਸਾਨੂੰ ਤਾਂ ਸਾਰਾ ਇਤਿਹਾਸ ਪਤਾ, ਤੂੰ ਕੀ ਬੋਲਣ ਯੋਗਾ? ਇਹ ਜਿਸ ਵਕਤ ਇਤਿਹਾਸ ਨਿਕਲੇਗਾ ਸਨ 82 ਤੋਂ ਲੈ ਕੇ 97 ਤੱਕ ਦਾ, ਇਹਦਾ ਦੇਖਣਾ ਇਹਦਾ ਅਸ਼ਰ ਕੀ ਹੋਏਗਾ। ਜੋ ਧਿਆਨ ਸਿੰਘ ਡੋਗਰਾ ਅਤੇ ਲਾਲ ਸਿੰਘ ਦਾ ਹਾਲ ਹੋਇਆ ਨਾ, ਇਹ ਇਹਦਾ ਸਿੱਖ ਇਤਿਹਾਸ ਵਿੱਚ ਹਾਲ ਹੋਏਗਾ। ਸੋ ਦੋਸਤੋ, 22 ਮਿੰਟ ਦੀ ਗੱਲਬਾਤ ਵਿੱਚ ਬਹੁਤ ਮੁੱਦੇ ਉੱਠੇ ਅਤੇ ਉਹਨਾਂ ਦੇ ਜਵਾਬ ਵੀ ਸਾਨੂੰ ਮਿਲੇ। ਤੁਸੀਂ ਹਮੇਸ਼ਾ ਦੇਖਦੇ ਰਹਿਣਾ ਇੰਟਰਨੈਟ ਚੈਨਲ ਫੋਕਸ ਪੰਜਾਬੀ, ਅਤੇ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।